ਜੀ ਮੇਰਾ ਸ਼ਰਮਾ ਪਰਵਾਹ ਕਰੇ ਜਨਮ ਹੋਇਆ ਜੀ ਠੀਕ ਹੈ ਮੇਰਾ ਜਨਮ ਹੋਇਆ ਸੀ ਮਤਲਬ ਕਿ ਸਾਡੇ ਮਾਨਤਾ ਦੀਆਂ ਵਿੱਚ ਜਾਤੀਆਂ ਹੁੰਦੀਆਂ ਨੇ ਠੀਕ ਹੈ ਮੈਂ ਉਹਨਾਂ ਜਾਤੀ ਚ ਇੱਕੀ ਆ ਠੀਕ ਹੈ ਮੈਂ ਵਧੀਆ ਬੀ ਕਾਮ ਕੀਤੀ ਵੀ ਆ ਠੀਕ ਹੈ ਵੱਟ ਮੈਨੂੰ ਘਰ ਦੇ ਨਾਲ ਇਨਸਪੈਕਟ ਨਹੀਂ ਕੀਤਾ ਜਦ ਮੈਂ ਬਾਹਰ ਚਲੀ ਪਾਸੇ ਹੋ ਗਈ ਪਾਸੇ ਹੋ ਗਈ ਮਤਲਬ ਕਿ ਮੈਂ चौहान ਕੇ ਡੇਰੇ ਚ ਜਾਵੜੀ ਆਪਣੇ ਪਰਣਾਲੇ ਕੋਲ चौहान ਕੇ ਆ ਇਹ ਡੇਰੇ ਵਾਲੇ ਖੁਦ ਲੈ ਕੇ ਗਏ ਸੀ ਤਾਂ ਆਪ ਡੇਰੇ ਵਾਲੇ ਕੋਲ ਤੁਸੀਂ ਗਏ ਸੀ ਨਹੀਂ ਜੀ ਨਹੀਂ ਖੁਦ ਨਹੀਂ ਲੈ ਕੇ ਗਏ ਸੀ ਕਿਉਂਕਿ ਮੈਂ ਕਹਿੰਦੀ ਕਹੋਂਦੀ ਗਾਂ ਦੀ ਗਾਮ ਕੋਲ ਕੀ ਗੱਲਾ ਹੁੰਦੀ ਗਾਨੇ ਗਾਂ ਦੀਆਂ ਕੋਨੇ ਸੇ ਚਲੀ ਗਈ ਉੱਥੇ ਮਨਕੀ ਜਗ੍ਹਾ ਬਣੀ ਵੀ ਆ ਲਾਲ ਵਾਲੇ ਪੀਰ ਦੀ ਉੱਥੇ ਬਾਬਾ ਬੈਠਾ ਉਹਦੇ ਕੋਲੇ ਜਾ ਕੇ ਮੈਂ ਰਹਿਣ ਲੱਗ ਗਈ ਕਿਸ ਤਰ੍ਹਾਂ ਜ਼ਿੰਦਗੀ ਰਹੀ ਤੁਹਾਡੀ ਅੱਗੇ ਕੀ ਹੋਇਆ ਕਿਉਂਕਿ ਉਹ ਬਾਬਾ ਨਾ ਗਲਤ ਨੀ ਕਰ ਰਖਦਾ ਸੀ ਗਲਤ ਕੰਮ ਕਰਾਉਂਦਾ ਸੀਗਾ ਜੀ ਉਹਦੇ ਕੋਲੇ ਮੁੰਡੇ ਆਉਂਦੇ ਹੁੰਦੇ ਸੀ ਸੂਟਾ ਪੀਣ ਵਾਸਤੇ ਤੇ ਉਹ ਕਰੋਦਾ ਉਹ ਚਾਹੁੰਦਾ ਸੀ ਵੀ ਇਹ ਗਲਤ ਕੰਮ ਕਰੇ ਤੇ ਵੀ ਮੈਨੂੰ ਪੈਸਾ ਮਿਲੇ ਜਾਂ ਕੋਸ਼ਿਸ਼ ਮਿਲੇ ਗਲਤ ਕੰਮ ਕਰਾਉਣੇ ਮੇਰੇ ਥੱਪੜ ਮਾਰਿਆ ਜਦੋਂ ਨੇ ਥੱਪੜ ਮਾਰਿਆ ਨਾ ਉਹ ਮੁੰਡੇ ਨੇ ਕੀ ਕੀਤਾ ਮੇਰੀ ਬਾਹ ਫੜ ਲਈ ਬਾਹ ਫੜ ਕੇ ਮੈਨੂੰ ਘਰੇ ਲੈ ਗਿਆ ਤੇ ਉਹ ਸੀਗਾ ਰਿਟਾਇਰ ਫੌਜੀ ਮਲਕੀ ਮੀਡਲ ਕਲਾਸ ਫੈਮਿਲੀ ਨੂੰ ਕਰਦੇ ਸੀ ਬਿਲੋਂਗ ਤੇ ਉਹ ਜਾ ਕੇ ਕਹਿੰਦਾ ਵੀ ਆਹ ਮੈਂ ਲੈ ਆਇਆ ਮੈਂ ਇਹਨੂੰ ਮੈਂ ਭੈਣ ਕਿਹਾ ਵਾ ਹੁਣ ਤੁਸੀਂ ਦੱਸੋ ਵੀ ਇਹਨੂੰ ਰੱਖਣਾ ਕਿ ਮੈਂ ਇਹਨੂੰ ਕਿਤੇ ਹੋਰ ਛੱਡਿਆ ਵਾ ਉਹ ਐਡੇ ਨਾਈਸ ਮੇਟ ਮਲਕੀ ਬੰਦੇ ਸੀ ਨਾ ਉਹ ਕਹਿੰਦੇ ਵੀ ਕੋਈ ਨਹੀਂ ਜਿੱਥੇ ਸਾਡੀਆਂ ਤਿੰਨ ਕੁੜੀਆਂ ਆ ਗਏ ਚੌਥੀ ਇਹ ਅਸੀਂ ਇਹਨੂੰ ਕੁੜੀ ਬਣਾ ਕੇ ਰੱਖਾਂਗੇ ਮਲਗੀ ਸ਼ਰਮਾ ਫੈਮਲੀ ਨੇ ਤੁਹਾਨੂੰ ਅਸੈਪਟ ਨਹੀਂ ਕੀਤਾ ਤਾਂ ਇੱਕ ਅਦਰ ਫੈਮਲੀ ਨੇ ਤੁਹਾਨੂੰ ਅਸੈਪਟ ਕਰ ਲਿਆ ਹਾਂਜੀ ਮੈਨੂੰ ਅਦਰ ਫੈਮਲੀ ਨੇ ਅਸੈਪਟ ਕੀਤਾ ਜੀ ਤਿੰਨ ਸਾਲ ਤੱਕ ਉਹਨਾਂ ਨੇ ਮੈਨੂੰ ਘਰੋਂ ਬਾਹਰ ਨਹੀਂ ਕੱਢ ਦਿੱਤਾ ਜੀ ਉਹ ਕਹਿੰਦੇ ਜੈਹੋ ਜੀ ਰੁਕੀ ਮਸੀ ਅਸੀਂ ਖੜਨੇ ਆਓ ਜੀ ਰੁਕੀ ਮਸੀ ਥੋਂ ਖਾ ਉਹ ਪਰਵਾਰ ਜਿਨ੍ਹਾਂ ਨੇ ਅਸੈਪਟ ਕੀਤਾ ਉਹ ਫੌਜੀ ਗਿਆਨ ਸਿੰਘ ਜੀ ਸੀ ਜੀ ਤੇ ਕਿਸ ਤਰ੍ਹਾਂ ਦੇਖਿਆ ਉਹਨਾਂ ਦਾ ਨੇਚਰ ਕਿਸ ਤਰ੍ਹਾਂ ਬਹੁਤ ਨੇਚਰ ਵਧੀਆ ਜੀ ਬਹੁਤ ਹੀ ਨੇਚਰ ਵਧੀਆ ਮਤਲਬ ਕੀ ਠੀਕ ਹੈ ਜਿੰਨਾ ਚਿਰ ਮੈਂ ਲੁਧਿਆਣੇ ਸੈੱਟ ਨਹੀਂ ਹੋਈ ਮੈਂ ਪਹਿਲਾਂ ਤਲਵੰਡੀ ਸਾਹਿਬ ਕੋਲੇ ਸੀਗਾ ਗੈਰੀਪਾਗ ਉੱਥੇ ਮੈਂ ਡੇਰੇ 'ਚ ਰਹੀਆਂ 2 ਸਾਲ ਮੁੜ ਕੇ ਕਿਤੇ ਕਿਤੇ ਉਹ ਮੁੰਡੇ ਨੇ ਮਲਕੀ ਮੇਰੇ ਬਰਾਦਰ ਨੇ ਜਿੰਨਾ ਚਿਰ ਮੈਨੂੰ ਲੁਧਿਆਣੇ ਸੈੱਟ ਨਹੀਂ ਕੀਤਾ ਨਾ ਉਹਨੇ ਸੁੱਖ ਦਾ ਸਾਹ ਨਹੀਂ ਲਿਆ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸ਼ਰਮਾ ਪਰਿਵਾਰ ਦੇ ਵਿੱਚ ਵੀ ਮੇਰੇ ਨੂੰ ਅਕਸੈਪਟ ਨਹੀਂ ਕੀਤਾ ਤਾਂ ਫਿਰ ਜਦੋਂ ਇਸ ਪਰਿਵਾਰ ਚ ਗਏ ਹੋ ਤਾਂ ਉਸ ਮਹੱਲੇ 'ਚ ਵੀ ਕੋਈ ਇਦਾਂ ਦੀ ਗੱਲਾਂ ਹੋਈਆਂ ਹੋਗੀਆਂ ਨਾ ਜੀ ਨਾ ਨਾ ਬਿਲਕੁਲ ਹੀ ਨਹੀਂ ਉਹ ਮਤਲਬ ਕਿ ਪਿੰਡਾ ਪਿੰਡ ਤੇ ਲੋਕ ਤਾਂ ਇੰਨੇ ਨਾਈਸ ਨੇ ਸਾਰੇ ਐ ਕਹਿੰਦੇ ਸੀ ਵੇ ਸਾਡੇ ਪਿੰਡ ਦੀ ਕੁੜੀ ਆ ਉਹਨਾਂ ਨੇ ਕਦੇ ਐ ਹੀ ਨਹੀਂ ਕਿਹਾ ਸੀ ਵੀ ਇਹ ਕਿੰਨਰਾ ਉਹਨਾਂ ਦੇ ਪਰਿਵਾਰ ਵਿੱਚ ਤਿੰਨ ਕੁੜੀਆਂ ਸੀ ਇੱਕ ਮੁੰਡਾ ਸੀ ਕੋਈ ਆ ਜੀ ਉਹਨੇ ਤੇਨੇ ਕੁੜੀਆਂ ਇੱਕ ਕੁੜੀ ਅੱਬੂ ਵਾਲ ਵਿਆਹੀ ਵੀ ਆਪਣੇ ਦੇਖ ਸਕਦੇ ਹੋ ਪੂਰੇ ਪਰਿਵਾਰ ਨੇ ਜਿਸ ਪਰਿਵਾਰ ਨੇ ਬਾਬਾ ਜੀ ਨੂੰ ਸਾਂਭਿਆ ਹੈਗਾ ਮਹੰਤ ਜੀ ਨੂੰ ਸਾਂਭਿਆ ਹੈਗਾ ਤਾਂ ਉਸ ਪਰਿਵਾਰ ਦੀਆਂ ਫੋਟੋਆਂ ਆਪਣੇ ਦਿਲ ਦੇ ਵਿੱਚ ਵੀ ਵਸਾ ਕੇ ਰੱਖੀਆਂ ਹਈਆਂ ਤਾਂ ਆਪਣੇ ਕਮਰੇ ਦੇ ਵਿੱਚ ਵੀ ਹਰ ਰੀਤੀ ਰਿਵਾਜ ਜੋ ਵਿਆਹ ਹੁੰਦਾ ਸੀ ਤਾਂ ਉੱਥੇ ਵੀ ਬਾਬਾ ਜੀ ਦੇ ਜੋ ਰਿਸਪੈਕਟ ਦਿੱਤੀ ਜਾਂਦੀ ਸੀ ਇੱਕ ਭੈਣ ਨੂੰ ਉਹ ਭਰਾ ਵੱਲੋਂ ਦਿੱਤੀ ਜਾ ਰਹੀ ਸੀ ਹਾਂਜੀ ਹਾਂਜੀ ਹਾਲਾਂਕਿ ਉਹਨਾਂ ਦੇ ਸ਼ਰੀਕੇ ਕਬੀਲੇ ਵੱਲੋਂ ਵੀ ਮੈਨੂੰ ਕਹਿੰਦੇ ਸੀ ਵੀ ਸਾਡੇ ਪਰਿਵਾਰ ਦੀ ਕੁੜੀ ਆ ਇਹ ਮਤਲਬ ਕਿ ਮੈਂ ਕਿਹਾ ਮੈਂ ਕਿਹਾ ਪਪਾ ਤੋਂ ਸਾਰੀਆਂ ਕੁੜੀਆਂ ਦੇ ਵਿਆਹ ਕੀਤੇ ਮੈਨੂੰ ਵੀ ਸਮਾਨ ਦੇ ਮੇਰਾ ਕੀ ਕੀਤਾ ਹਾਲਾਂਕਿ ਉਹਨਾਂ ਨੇ ਸਾਰਾ ਐਲ ਡੀ ਡੀ ਫਰਿੱਜ ਾਲਮਾਰੀ ਆ ਸਾਰਾ ਫਰਨੀਚਰ ਉਹਨਾਂ ਨੇ ਦਿੱਤਾ ਮੈਨੂੰ ਉਹਨਾਂ ਜਿਹੜੀ ਇਹ ਤਸਵੀਰ ਹੈ ਇਹ ਕੌਣ ਹੈ ਇਹ ਮੇਰੇ ਤਾਂ ਦਾਦਾ ਦਾਦੀ ਜੀ ਨੇ ਸ਼ਰਮ ਫੈਮਿਲੀ ਚੋਂ ਆ ਜੀ ਜਿਨ੍ਹਾਂ ਨੇ ਕਿ ਮੈਨੂੰ ਰਾਤ ਨੂੰ ਘਰੋਂ ਨਿਕਲ ਤੋਂ ਮਜਬੂਰ ਕਰਦਾ ਸੀਗਾ ਉਸ ਟਾਈਮ ਮੈਂ ਰਾਤ ਨੂੰ ਨਿਕਲੀ ਸੀ ਰਾਤ ਨੂੰ 9 ਵਜੇ ਕਹਿੰਦੇ ਸੀ ਸ਼ਨੂ ਸ਼ਰਮ ਆਉਂਦੀ ਆ ਵੀ ਤੂੰ ਸਾਡੇ ਕਦੇ ਕਿੰਨਰ ਆ ਮਤਲਬ ਕਿ ਇਹ ਦਾਦਾ ਦਾਦੀ ਹੈ ਲੇਕਿਨ ਤੁਸੀਂ ਆਪਣੇ ਦਿਲੋਂ ਦੇ ਵਿੱਚ ਉਹਨਾਂ ਨੂੰ ਹਜੇ ਤੱਕ ਰਿਸਪੈਕਟ ਦਿੱਤੀ ਹੋਈ ਹੈ ਕਿ ਦੇਖੋ ਤਸਵੀਰ ਉਸ ਘਰ ਵਿੱਚ ਰੱਖੀ ਹੋਈ ਆ ਕਿ ਉਹਨਾਂ ਨੇ ਤੁਹਾਨੂੰ ਰਿਸਪੈਕਟ ਨਹੀਂ ਰਿਸਪੈਕਟ ਨਹੀਂ ਕੀਤਾ ਹੈਗਾ ਲੇਕਿਨ ਤੁਸੀਂ ਇਸ ਤਸਵੀਰ ਨੂੰ ਆਪਣੇ ਇਸ ਰੂਮ ਦੇ ਵਿੱਚ ਬੜੇ ਆਦਰ ਸਮਾਨ ਨਾਲ ਰੱਖਿਆ ਹੈ ਪਹਿਲਾਂ ਨਹੀਂ ਕੀਤਾ ਸੀ ਵੱਟ ਹੁਣ ਆਉਂਦੇ ਜਾਂਦੇ ਆ ਜੀ ਮੇਰੇ ਕੋਲੇ ਹੁਣ ਆਉਂਦੇ ਜਾਂਦੇ ਆ ਕਰਦੇ ਵੀ ਆ ਚਲੋ ਠੀਕ ਆ ਮੈਂ ਵੀ ਆਉਣੀ ਜਾਂਦੀ ਆ ਅਕਦਰ ਬਿਮਾਰ ਰਹਿੰਦੇ ਨੇ ਠੀਕ ਆ ਮੈਂ ਉਹਨਾਂ ਨੂੰ ਖਰਚਾ ਪਾਣੀ ਵੀ ਦੇ ਕੇ ਆਉਣੀ ਆ ਸਾਰਾ ਕੁਝ ਆਉਂਦੀ ਜਾਂਦੀ ਆ ਮਲਕੀ ਹੁਣ ਤੁਹਾਨੂੰ ਰਿਸਪੈਕਟ ਕਰ ਲਿਆ ਕਿਉਂਕਿ ਵਜ੍ਹਾ ਹੋ ਗਈ ਕਿ ਹੁਣ ਪਹਿਲੇ ਜਿਸ ਪਰਿਵਾਰ ਨੇ ਤੁਹਾਨੂੰ ਕਰੋ ਰਾਤ ਨੂੰ ਤੁਸੀਂ ਕਹਿ ਰਹੇ ਹੋ ਸ ਮੈਨੂੰ ਕੱਢਣ ਤੋਂ ਮਜਬੂਰ ਕਰਤਾ ਹੁਣ ਤੁਹਾਡੇ ਕੋ ਅੰਦੇ ਜਾਂਦੇ ਆ ਕਿ ਐਸਾ ਹੋ ਗਿਆ ਹੁਣ ਤੁਹਾਡੇ ਚ ਐਸਾ ਕੀ ਦੇਖ ਲਿਆ ਇੱਕ ਪੈਸਾ ਜੀ ਇੱਕ ਮੇਰੀ ਜੋ ਪ੍ਰਾਪਰਟੀ ਪਈ ਆ ਉਥੇ ਵੀ ਪ੍ਰਾਪਰਟੀਆਂ ਬਾਕੀ ਤੁਸੀਂ ਆਪ ਸਮਝਦਾਰ ਹੋ ਜਿਹੜੇ ਤੁਸੀਂ ਫੈਮਿਲੀ ਵਿੱਚ ਤੁਸੀਂ ਐਕਸੈਪਟ ਕੀਤਾ ਸੀ ਜਿਨ੍ਹਾਂ ਨੇ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਮਲਕੀ ਤਿੰਨ ਕੁੜੀਆਂ ਦਾ ਤੁਸੀਂ ਕਹਿ ਰਹੇ ਹੋ ਵਿਆਹ ਕਰਤਾ ਤੇ ਤੁਹਾਡੇ ਬਾਰੇ ਵੀ ਕੁਝ ਸੋਚਿਆ ਜਦੋਂ ਵਿਆਹ ਵਿਆਹ ਦੇ ਬਾਰੇ ਉਹਨਾਂ ਨੇ ਹਾਂਜੀ ਹਾਂਜੀ ਰਾਜੀ ਇਹ ਸਾਰਾ ਸਮਾਨ ਉਹਨਾਂ ਨੇ ਦਿੱਤਾ ਵੱਟ ਸਾਡੇ ਫੰਕਸ਼ਨ ਹੁੰਦਾ ਸਾਡੇ ਗੋਦ ਭਰਾਈ ਹੁੰਦੀ ਆ 2 ਮਹੀਨੇ ਹੋ ਗਏ ਮੇਰੀ ਗੋਦ ਭਰਾਈ ਸੀ ਮੇਰਾ ਵਧੀਆ ਵਿਆਹ ਵਾਂਗੂ ਕਰਕੇ ਗਏ ਨੇ 4.5 ਤੋਲੇ ਦਾ ਸੈੱਟ ਮੈਨੂੰ ਪਾ ਕੇ ਗਏ ਨੇ 골ਡ ਦਾ ਮੇਰੇ ਜੋ ਮਤਲਬ ਕਿ ਮੇਰੇ ਹੌਬੀ ਸੀਗੇ ਏ ਮੁੰਡਾ ਇਹਨਾਂ ਨੂੰ ਰਿੰਗ ਪਾ ਕੇ ਗਏ ਨੇ ਸਾਰਾ ਰੀਤੀ ਰਿਵਾਜ ਕਰਕੇ ਗਏ ਨੇ ਪੂਰਾ ਮਹੰਤਾਂ ਜਾ ਕੇ ਮਤਲਬ ਕਿ 5-7 ਲੱਖ ਰੁਪਏ ਲਾ ਕੇ ਗਏ ਨੇ ਮਤਲਬ ਕਿ ਤੁਸੀਂ ਜਿੰਨੇ ਨਾਲ ਰਿਲੇਸ਼ਨ 'ਚ ਰਹੇ ਰਹੇ ਸੀ ਤੁਸੀਂ ਜੋ ਕੱਲ ਕਿਤੇ ਸੀ ਪਿਆਰ ਜਿੰਨੇ ਨਾਲ ਪਿਆਰ ਕੀਤਾ ਸੀ ਉਹਦੇ ਨਾਲ ਮਤਲਬ ਕਿ ਜੋ ਰੀਤੀ ਰਿਵਾਜ ਪਰਿਵਾਰ ਵੱਲੋਂ ਕਰਕੇ ਗਏ ਸੀ ਹਾਂਜੀ ਸਭ ਕਰਕੇ ਗਏ ਆ ਜੀ ਕਿੱਸ ਤਰ੍ਹਾਂ ਮੁੰਡੇ ਨੂੰ ਮਿਲਲੇ ਸੀ ਤੁਸੀਂ ਮੈਂ ਐਕਚੁਅਲੀ ਕਿਸੇ ਫੰਕਸ਼ਨ ਤੇ ਗਈ ਸੀ ਜੀ ਸਮਾਲ ਸਰ ਉੱਥੇ ਮੈਨੇ ਮੁੰਡਾ ਮਿਲਿਆ ਸੀਗਾ ਸਾਡੀ ਗੱਲਬਾਤ ਹੋਣ ਲੱਗੀ ਅਸੀਂ ਰਿਲੇਸ਼ਨ 'ਚ ਆ ਗਏ ਤੇ ਮਤਲਬ ਕਿ ਬਹੁਤ ਕਰਦਾ ਸੀ ਮੇਰਾ ਬਹੁਤ ਹੀ ਜ਼ਿਆਦਾ ਕਰਦਾ ਸੀਗਾ ਠੀਕ ਹੈ ਇਹ ਡਰਾਈਵਿੰਗ ਕਰਦਾ ਸੀਗਾ ਜੀ ਤੇ ਮੈਂ ਕਹਿੰਦਾ ਚਲ ਤੂੰ ਲੋਕਾਂ ਦੇ ਕੰਮ ਕਰਦਾ ਆਪਾਂ ਗੱਡੀ ਲੈ ਲੈਨੇ ਆ ਮੈਨੂੰ ਕਹਿੰਦਾ ਚਲ ਆਪਾਂ ਗੱਡੀ ਲੈ ਲੈਨੇ ਮੈਂ ਤੇਰਾ ਇੱਕ ਪੈਸਾ ਨਹੀਂ ਰੱਖਦਾਗਾ ਮੈਂ ਤੈਨੂੰ ਪੈਸੇ ਮੋੜੀ ਚੱਲੂਗਾ ਚਲ ਸਾਡੀ ਗੱਲਬਾਤ ਹੋ ਗਈ ਆ ਪਰ ਵਿੱਚ ਕੁਝ ਗੱਲਾਂ ਹੀ ਇਹੋ ਜਿਹੀਆਂ ਹੋਈਆਂ ਜਿਹੜਾ 2 ਮਹੀਨੇ ਹੋ ਗਏ ਮੈਂ ਹੁਣ ਤੁਹਾਨੂੰ ਕੀ ਦੱਸਾਂ ਜੀ ਤੇ ਜਿਹੜਾ ਹੁਣ ਮੈਨੂੰ ਇਹਨੇ ਬਲੌਕ ਹੀ ਕਰਤਾ ਮਤਲਬ ਕਿ ਮਤਲਬ ਕਿ ਤੁਹਾਡੇ ਨਾਲ ਇਹ ਤੁਸੀਂ ਕਹਿ ਰਹੇ ਹੋ ਕਿ ਮੈਂ ਫੈਮਿਲੀ ਤੋਂ ਬਾਅਦ ਮਤਲਬ ਕਿ ਇਸ ਦੇ ਨਾਲ ਰਹੀ ਹਾਂ ਇਹਨੂੰ 10 ਸਾਲ ਤੋਂ ਤੁਸੀਂ ਪਿਆਰ ਕੀਤਾ ਹੈਗਾ ਤਾਂ ਉਹ ਅੱਜ ਤੁਹਾਨੂੰ ਛੱਡ ਕੇ ਦੂਰ ਹੋ ਗਿਆ ਹਾਂਜੀ ਦੂਰ ਹੋ ਗਿਆ ਜੀ ਇਹ ਮਤਲਬ ਕਿ ਪਿਛਲੇ ਪਹਿਲਾਂ ਤਾਂ ਇਹ ਮੈਨੂੰ ਬਲਾਗ ਕਰਤਾ ਸੀ ਜੀ ਪਿਛਲੇ ਹਫਤੇ ਮੈਨੂੰ ਕਹਿੰਦਾ ਵੀ ਗੱਡੀ ਲੈਣ ਜਾਣਾ ਮੈਂ ਕਿਹਾ ਚਲ ਆਪਾਂ ਗੱਡੀ ਲੈਣ ਚੱਲਦੇ ਹਾਂ ਮੈਂ ਆਪਦੇ ਡਰਾਈਵਰ ਨੂੰ ਕਿਹਾ ਮੈਂ ਕਿਹਾ ਚਲ ਆਪਾਂ ਚੱਲ ਰਾਤ ਨੂੰ ਮੈਂ 10 ਵਜੇ ਮਤਲਬ ਕਿ ਪੈਸੇ ਲੈ ਕੇ ਗਈਆਂ ਚੰਡੀਗੜ੍ਹ ਐਨੇ ਵਧੀਆ ਰੋਟੀ ਖਾਧੀ ਆ ਰਾਤ ਨੂੰ ਸਾਡੇ ਨਾਲ ਬਹਿ ਕੇ ਵਧੀਆ ਗੱਲਬਾਤ ਕੀਤੀ ਪਤਾ ਨਹੀਂ ਇਹਨੂੰ ਕੀ ਹੋ ਗਿਆ ਇੱਕੋ ਤਾਂ ਮੇਦਾ ਦਿਮਾਗ ਖਰਾ ਹੋ ਗਿਆ ਮੁੰਡੇ ਦਾ ਲੜਾਈ ਝਗੜਾ ਕਰਨ ਲੱਗ ਗਿਆ ਜਿਹੜਾ ਕਿ ਅੱਜ ਤੱਕ ਮੇਰਾ ਕਿਸੇ ਨੇ ਹੱਥ ਨਹੀਂ ਜੱਕਿਆ ਸੀ ਇਹ ਮੁੰਡੇ ਨੇ ਮੇਰੇ ਤੇ ਹੱਥ ਵੀ ਜੱਕਿਆ ਹੋ ਗਿਆ ਬਾਬਾ ਜੀ ਕੀ ਇੱਕ ਇੰਨਾ ਪਿਆਰ ਤਾਂ ਉਸ ਤੋਂ ਬਾਅਦ ਇੱਕਦਮ ਵਿਛੋੜਾ ਪਤਾ ਹੀ ਨਹੀਂ ਕੀ ਹੋਇਆ ਜੀ ਮੈਨੂੰ ਆਪ ਖੁਦ ਸਮਝ ਨਹੀਂ ਆਉਂਦਾ ਵੀ ਕੀ ਗੱਲ ਹੋਈਏ ਕੀ ਨਹੀਂ ਹੋਈ ਹਾਲਾਂਕਿ ਮੈਂ ਮੈਂ ਮੇਰੇ ਵੀ ਨੰਗੇ ਪੈਰਾਂ ਦੀ ਕਮਾਈ ਸੀ ਜੀ ਮੈਂ ਰਾਤ ਨੂੰ ਕੈਸ਼ ਲੈ ਕੇ ਗਈਆਂ ਮੈਂ ਕਿਹਾ ਚੱਲ ਕੋਈ ਨਹੀਂ ਆਪਾਂ ਸਵੇਰ ਗੱਡੀ ਲੈ ਕੇ ਜਾਵਾਂਗੇ ਮਤਲਬ ਕਿ ਇੱਕ ਗੱਡੀ ਦੇ ਪਿੱਛੇ ਕਹਿਣ ਦਾ ਮਤਲਬ ਹੈ ਕਿ ਗੱਡੀ ਨਾ ਦਵਾਈ ਹੈ ਜਾਂ ਤਾਂ ਛੱਡ ਕੇ ਚੱਲ ਗਿਆ ਹੈ ਨਹੀਂ ਗੱਡੀ ਨਾ ਦਵਾਈ ਨਹੀਂ ਮੈਂ ਤਾਂ ਕੋਈ ਦੱਸੀ ਜਾਂਨੇ ਵੀ ਮੈਂ ਕੈਸ਼ ਲੈ ਕੇ ਗਈਆਂ ਵੀ ਆਪਾਂ ਸਵੇਰ ਗੱਡੀ ਲੈਣ ਜਾਣਾ ਵਾ ਬੈਠੇ ਬੈਠੇ ਨਹੀਂ ਪਤਾ ਨਹੀਂ ਕੀ ਹੋਇਆ ਬੈਠੇ ਬੈਠੇ ਨਹੀਂ ਪਤਾ ਨਹੀਂ ਕੀ ਹੋਇਆ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਕੀਤੀ ਜੀ ਇਹਨੇ ਮੈਨੂੰ ਬਲਾਕ ਕਰਤਾ ਇਹਦੀ ਮਾਦਰ ਗੱਲ ਕਰਦੀ ਹੈ ਕਹਿੰਦੀ ਸਾਡੇ ਮੁੰਡੇ ਦਾ ਖਿਹੜਾ ਛੱਡ ਲਾਦੀ ਜਿੰਦਗੀ ਜਿਉਂ ਸਾਨੂੰ ਆਤੀ ਜਿੰਦਗੀ ਜਿਉਂ ਦੇ ਕਹਿੰਦੀ ਤੂੰ ਕੁੜੀ ਦਾ ਰਿਸ਼ਤਾ ਦੇਣਾ ਸਾਡੇ ਮੁੰਡੇ ਨੂੰ ਤੁਸੀਂ ਆਪਣੇ ਮਾਪੇ ਬਣਾ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਦੋਨੋਂ ਮਤੋਂ ਕਿ ਦੋ ਮਾਵਾ ਤੁਹਾਡੇ ਸਿਰ ਦੇ ਉੱਤੇ ਪਹਿਲੇ ਤੁਸੀਂ ਘਰ ਇੱਕ ਪਰਿਵਾਰ ਨੇ ਤਾਂ ਸਾਨੂੰ ਅਸੈਪਟ ਨਹੀਂ ਕੀਤਾ ਦੂਜੇ ਪਰਿਵਾਰ ਨੇ ਅਸੈਪਟ ਕੀਤਾ ਤਾਂ ਹੁਣ ਦੋ ਮਾਵਾ ਦਾ ਅਸ਼ੀਰਵਾਦ ਆ ਤੁਹਾਡੇ ਤੇ ਤਾਂ ਉਸ ਮਾਪੇ ਨੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਹਨਾਂ ਦੇ ਮਾਪੇ ਨੇ ਕੀ ਕੀਤੀ ਸੀ ਜੀ ਬਹੁਤ ਕੋਸ਼ਿਸ਼ ਕੀਤੀ ਆ ਬੱਟ ਮੇਰੀਆਂ ਭੈਣਾਂ ਵੀ ਕਹਿੰਦੀਆਂ ਵੀ ਚਲ ਤੂੰ ਖੇੜਾ ਛੱਡ ਹੁਣ ਖਿਹੜਾ ਛੱਡ ਜਦੋਂ ਇੰਨੀਆਂ ਗੱਲਾਂ ਕਹਿ ਰਹੇ ਨੇ ਤੋ ਖਿਹੜਾ ਛੱਡ ਪਰ ਤੁਹਾਨੂੰ ਵੀ ਪਤਾ ਜੀ ਖਿਹੜਾ ਨਹੀਂ ਛੱਡਿਆ ਜਾਂਦਾ ਇੱਕੋ ਦਾਮ ਕਿੰਦ ਕੀ ਦਿਲ ਬਣਿਆ ਪਿਆਰ ਲੀਏ ਤਾਂ ਵਿਛੋੜਾ ਪਾਣਾ ਬੜਾ ਮੁਸ਼ਕਲ ਹੈਗਾ ਉਹੀ ਗੱਲ ਆ ਜੀ ਦਿਨ ਤਾਂ ਨਿਕਲ ਜਾਂਦਾ ਪਰ ਰਾਤ ਬਹੁਤ ਔਖੀ ਨਿਕਲਦੀ ਆ ਸਹੀ ਕਹਿੰਨੀ ਆ ਵੀ ਜੀ ਕਿਸੇ ਨਾਲ ਰਿਲੇਸ਼ਨ ਨਾ ਬਣਾਓ ਕਿਸੇ ਨਾਲ ਪਿਆਰ ਨਾ ਕਰੋ ਅੱਜ ਕੱਲ ਪੈਸੇ ਦੀ ਪੀੜ ਆ ਸਭ ਬਸ ਮਨ ਲੱਗੇ ਜੋ ਪਿਆਰ ਆ ਉਹ ਪੈਸੇ ਦੇ ਕਾਰਨ ਹੀ ਹੁੰਦਾ ਹੈਗਾ ਬਿਲਕੁਲ ਜੀ ਬਿਲਕੁਲ ਪੈਸੇ ਦੇ ਕਾਰਨ ਹੀ ਹੁੰਦਾ ਜੀ ਪੈਸਾ ਫੇਕ ਤਮਾਚਾ ਤੇ ਇੱਥੋਂ ਤੱਕ ਇਹ ਮੁੰਡਾ ਮੈਂ ਨਤੀਆਂ ਕਰਾ ਕੇ ਜਿੱਤੇਗਾ ਸੀ ਇਹ ਰਿੰਗ ਕਰਾ ਕੇ ਆਪਾਂ ਚੈਨੀ ਕਰਾ ਕੇ ਦਿੱਤੀ ਸੀ ਸਮਾਨ ਮੈਨੂੰ ਮੋੜ ਗਿਆ ਕਹਿੰਦਾ ਲੈ ਫੜ ਸਮਾਨ ਸਮਾਨ ਤਾਂ ਮੋੜ ਗਿਆ ਤੁਸੀਂ ਆਪੇ ਦੱਸੋ 골ਡ ਮੋੜ ਗਿਆ ਕਿ ਕਰ ਮੇਰੀ ਇੱਜ਼ਤ ਦਾ ਕੋਈ ਮੁੱਲ ਨਹੀਂ ਮਨ ਲੱਗੇ ਮਨ ਲੱਗੇ ਪਿਆਰ ਦੀ ਕੀਮਤ ਮਨ ਲੱਗੇ ਤੁਸੀਂ ਕਹਿ ਰਹੇ ਹੋ ਕਿ ਪਿਆਰ ਦੀ ਕੋਈ ਕੀਮਤ ਨਹੀਂ ਰੱਖੀ ਜੋ ਸਮਾਨ ਦੀ ਕੀਮਤ ਰੱਖ ਗਿਆ ਤੁਸੀਂ ਆਪ ਹੀ ਦੱਸੋ ਵੀ ਇੱਜ਼ਤ ਦਾ ਕੋਈ ਮੁੱਲ ਨਹੀਂ ਮੇਰੀ ਵੀ ਜਤਾਈ ਇਹਨਾਂ ਦੇਖੋ ਜੀ ਮੈਂ ਦੋ ਵਾਰ ਸੂਟ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਆ ਦੋ ਵਾਰ ਫਿਰ ਮੈਂ ਕਹਿੰਨੀ ਆ ਵੀ ਸਾਰੇ ਕਿਤੇ ਕੰਮ ਮੇਰਾ ਕਮਰਾ ਆ ਦੀ ਫੋਟੋ ਨਾ ਭਰਿਆ ਪਿਆ ਵੀ ਉਹਦਾ ਨਾਂ ਹੀ ਆਊਗਾ ਮੈਂ ਫਿਰ ਵੀ ਸੋਚ ਲਈ ਨਹੀਂ ਵੀ ਉਹਨੂੰ ਬਦਨਾਮ ਨਹੀਂ ਕਰਨਾ ਠੀਕ ਆ ਨਾਂ ਮੈਂ ਉਹਨੂੰ ਬਾਸਿਸ ਨਹੀਂ ਨਾਂ ਨੂੰ ਮੈਂ ਕੁਝ ਕਹਿਣਾ ਕਰਨੀ ਆ ਉਹਦੇ ਕੱਪੜੇ ਪਏ ਮੇਰੇ ਕੋਲੇ ਮੈਂ ਦਿਹਾੜੀ ਤੇ 3-3 ਵਜੇ ਤੇ ਕੱਪੜੇ ਪ੍ਰੈਸ ਕਰ ਦਿੰਨੀ ਆ ਧੋ ਦਿੰਨੀ ਆ ਕਿਤੇ ਬਸ ਮੈਨੂੰ ਕੁਝ ਪਤਾ ਨਹੀਂ ਲੱਗਦਾਗਾ ਬਸ ਮੇਰੀ ਇਹੀ ਅਰਜ਼ਾ ਵੀ ਕੋਈ ਕਿਸੇ ਨੂੰ ਪਿਆਰ ਨਾ ਕਰੋ ਦਿਲ ਨਾ ਲਗਾਓ ਬਸ ਮਤਲਬ ਤੁਹਾਡਾ ਕਹਿੰਦਾ ਮਤਲਬ ਤੁਹਾਡੇ ird gird ਦੀ ਤੁਹਾਨੂੰ ਨਜ਼ਰ ਆਉਂਦਾ ਹੈਗਾ ਬਿਲਕੁਲ ਆਉਂਦਾ ਜੀ ਇੱਕ ਮੋਬਾਈਲ ਉਹਨੇ ਲੈ ਕੇ ਦਿੱਤਾ ਵਾ ਜੀ ਮੈਨੂੰ ਠੀਕਾ ਉਹਨੇ ਹਾਲਾਂਕਿ ਮੈਨੂੰ ਬਲਾਕ ਕੀਤਾ ਵਾ ਮੈਂ ਬੈਂਦੇ ਕੁਝ ਵੀ ਦੇਖ ਨਹੀਂ ਕਿਤੇ ਉਹਦਾ ਮੈਸੇਜ ਤਾਂ ਨਹੀਂ ਆ ਗਿਆ ਉਨ ਕੀ ਆਸ ਰੱਖਦੇ ਹੋ ਉਸ ਪਰਮਾਤਮਾ ਤੋਂ ਕੀ ਬੇਨਤੀ ਰੱਖਦੇ ਹੋ ਤੁਸੀਂ ਲੱਖਾਂ ਦੁਆਵਾਂ ਮੰਗਦੇ ਹੋ ਆ ਆਪਣੇ ਲਈ ਆਪਣੇ ਲਈ ਤੁਹਾਡੇ ਲਈ ਵੀ ਕੀ ਦੁਆ ਮੰਗ ਰਹੇ ਹੋ ਆਪਣੇ ਲਈ ਵੀ ਉਸ ਉਸ ਮੁੰਡੇ ਲਈ ਵੀ ਕੀ ਦੁਆ ਮੰਗ ਰਹੇ ਹੋ ਤੁਸੀਂ ਲੱਖਾਂ ਦੀ ਝੋਲੀਆਂ ਭਰਦੇ ਹੋ ਲੱਖਾਂ ਨੂੰ ਲੋਕਾਂ ਨੂੰ ਦੁਆਵਾਂ ਦਿੰਦੇ ਹੋ ਬਸ ਮੈਂ ਇਹ ਕਿ ਜੇ ਰੱਬ ਹੈਗਾ ਨਾ ਤਾਂ ਮੇਰਾ ਪਿਆਰ ਮੈਨੂੰ ਵਾਪਸ ਮਿਲ ਜੇ ਮੈਨੂੰ ਹੋਰ ਕੁਝ ਨਹੀਂ ਚਾਹੀਦਾਗਾ ਮੈਂ ਨੂਨ ਨਾਲ ਵੀ ਰੋਟੀ ਖਾ ਲੂੰ ਜੀ ਬਸ ਮੇਰਾ ਪਿਆਰ ਮੈਨੂੰ ਵਾਪਸ ਮਿਲ ਜੇ ਕੋਈ ਦਾ ਚਿਰਾਗ نیوز ਦੇਖਣ ਵਾਲੇ ਸਾਰੇ ਦਸ਼ਕਾ ਦਾ ਮੈਂ ਸੰਦੀਪ ਚੜਾ ਸੁਆਦ ਕਰਦਾ ਅਸੀਂ ਇਸ ਸਮੇਂ ਲੁਧਿਆਣਾ ਸ਼ਹਿਰ ਦੇ ਵਿੱਚ ਹੈਗੇ ਆ ਜਿੱਥੇ ਸਾਡੇ ਨਾਲ ਪੂਨਮ ਮਹੰਤ ਜੀ ਮੌਜੂਦ ਆ ਉਹ ਸਾਡੇ ਨਾਲ ਰੂਗ ਰੂਗ ਹੋਏ ਆ ਬਾਬਾ ਜੀ ਹਾਂਜੀ ਪਹਿਲਾਂ ਤਾਂ ਸਾਰਿਆਂ ਨੇ ਜੈ ਦਾਤਿਆਂ ਨੂੰ ਜੈ ਫਕਰਾਂ ਦੀ ਜੀ ਹਾਂਜੀ ਬੋਲੋ ਜੀ ਬਾਬਾ ਜੀ ਅੱਜ ਸਾਨੂੰ ਬੁਲਾਇਆ ਹੈਗਾ ਕਿ ਐਸਾ ਹੋਇਆ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਿ ਤੁਸੀਂ ਅਜਰੂਰਗ ਹੋਏ ਰਾਜੀ ਮੈਂ ਕਹਿਣਾ ਚਾਹਣੀ ਹੈ ਮਤਲਬ ਕਿ ਕੋਈ ਕਿਸੇ ਨੂੰ ਪਿਆਰ ਨਾ ਕਰੋ ਕਿਉਂਕਿ ਇਸ ਪਿਆਰ ਵਿੱਚ ਧੋਖਿਆ ਕਿਉਂਕਿ ਆਪਾਂ ਰੇਸ਼ਵਰ ਬਣਾ ਲੈਨੇ ਆ ਕਿਸੇ ਨਾਲ ਨੋ ਕਿ ਰਿਸ਼ਤਿਆਂ ਵਿੱਚ ਬਾਤ ਚ ਧੋਖਿਆ ਹੀ ਕਿਸੇ ਨੂੰ ਪਿਆਰ ਨਾ ਕਰੋ ਕਿਉਂ ਕਿ ਆ ਜਾ ਰਿਹਾ ਬਾਬਾ ਜੀ ਇਸ ਤਰ੍ਹਾਂ ਕਿਦਾਂ ਧੋਖਾ ਮਿਲਿਆ ਤੁਹਾਨੂੰ ਮੁੰਡੇ ਨੂੰ ਪਿਆਰ ਹੀ ਨਾ ਕੀਤਾ ਪਿਆਰ ਹੀ ਨਾ ਕੀਤਾ ਉਹਨੇ ਵੀ ਮੈਨੂੰ ਬਹੁਤ ਪਿਆਰ ਕੀਤਾ ਬਹੁਤ ਜ਼ਿਆਦਾ ਪਿਆਰ ਕੀਤਾ ਬਸ ਇੱਕ ਮਾੜੀ ਜੀ ਮਿਸ ਅੰਡਰਸਟੈਂਡ ਕਰਨੀ ਕਰਕੇ ਜਿਹੜਾ ਬੰਦਾ ਹੁਣ 2 ਮਹੀਨੇ ਹੋ ਗਏ ਜਿਹੜਾ ਮੇਰੀ ਸ਼ਕਲ ਦੇਖਣਾ ਨਹੀਂ ਚਾਹੁੰਦਾ ਤੇ ਮੈਨੂੰ ਹਰ ਜਗ੍ਹਾ ਤੋਂ ਬਲੌਕ ਕਰਦਾ ਉਹਨੇ ਬਾਬਾ ਜੀ ਕਿੱਥੋਂ ਦੇ ਰਹਿਣ ਆਲੇ ਹੋ ਤੁਸੀਂ ਕਿੱਥੇ ਰਹਿੰਦੇ ਸੀ ਤਾਂ ਕਿਸ ਤਰ੍ਹਾਂ ਉਸ ਮੰਡੇ ਨੂੰ ਮਿਲੇ ਸੀ ਤਾਂ ਕਿੰਨੇ ਪਾਲਣ ਪੋਸ਼ਣ ਕੀਤਾ ਤੁਹਾਡਾ ਬਟ ਮੈਂ ਰਹਿਣ ਆਲੀਆ ਮੋਗੇ ਦੀ ਜੀ ਮੈਂ ਸ਼ਰਮਾ ਪਰਿਵਾਰ ਵਿੱਚ ਬਿਲੋਂਗ ਕਰਦੀ ਆ ਮਲਿਕ ਸ਼ਰਮਾ ਪਰਿਵਾਰ ਦੇ ਵਿੱਚ ਤੁਹਾਡਾ ਜਨਮ ਹੋਇਆ ਸੀ ਹਾਂਜੀ ਮੇਰਾ ਸ਼ਰਮਾ ਪਰਿਵਾਰ ਕਰੇ ਜਨਮ ਹੋਇਆ ਜੀ ਠੀਕ ਹੈ ਮੇਰਾ ਜਨਮ ਹੋਇਆ ਸੀ ਮਤਲਬ ਕਿ ਸਾਡੇ ਮਾਨਤਾ ਦੀਆਂ ਵਿੱਚ ਜਾਤੀਆਂ ਹੁੰਦੀਆਂ ਨੇ ਠੀਕ ਹੈ ਮੈਂ ਉਹਨਾਂ ਜਾਤੀ ਚ ਇੱਕੀ ਆ ਠੀਕ ਹੈ ਮੈਂ ਵਧੀਆ ਬੀਕਾਮ ਕੀਤੀ ਵੀ ਆ ਠੀਕ ਹੈ ਬਟ ਮੈਨੂੰ ਘਰਦਿਆਂ ਨੇ ਰਿਸਪੈਕਟ ਨਹੀਂ ਕੀਤਾ ਠੀਕ ਹੈ ਮੈਂ ਬਾਹਰ ਚਲੀ ਪਾਸੇ ਹੋ ਗਈ ਪਾਸੇ ਹੋ ਗਈ ਮਤਲਬ ਕਿ ਮੈਂ चौहान ਦੇ ਡੇਰੇ ਚ ਜਾਵੜੀ ਆਪਣੇ ਪਰਣਾਲੇ ਕੋਲ चौहान ਕੇ ਆ ਇਹ ਡੇਰੇ ਵਾਲੇ ਖੁਦ ਲੈ ਕੇ ਗਏ ਸੀ ਤਾਂ ਆਪ ਡੇਰੇ ਵਾਲੇ ਕੋਲ ਤੁਸੀਂ ਗਏ ਸੀ ਨਹੀਂ ਜੀ ਨਹੀਂ ਖੁਦ ਨਹੀਂ ਲੈ ਕੇ ਗਏ ਸੀ ਕਿਉਂਕਿ ਮੈਂ ਕਹਿੰਦੀ ਕਹੋਂਦੀ ਗਾਂ ਦੀ ਗਾਂ ਕੋਲ ਕਿ ਗੱਲਾ ਹੁੰਦੀਆਂ ਨੇ ਗਾਂ ਦੀਆਂ ਕੋਨੇ ਸੇ ਚਲੀ ਗਈ ਉੱਥੇ ਮਤਲਬ ਕਿ ਜਗ੍ਹਾ ਬਣੀ ਵੀ ਆ ਲਾਲ ਵਾਲੇ ਪੀਸ ਦੀ ਉੱਥੇ ਬਾਬਾ ਬੈਠਾ ਉਹਦੇ ਕੋਲ ਜਾ ਕੇ ਮੈਂ ਰਹਿਣ ਲੱਗ ਗਈ ਤੇ ਫਿਰ ਅੱਗੇ ਕਿਸ ਤਰ੍ਹਾਂ ਜ਼ਿੰਦਗੀ ਰਹੀ ਤੁਹਾਡੀ ਅੱਗੇ ਕੀ ਹੋਇਆ ਕਿਉਂਕਿ ਉਹ ਬਾਬਾ ਨਾ ਗਲਤ ਨੀ ਕਰਖਦਾ ਸੀ ਗਲਤ ਕੰਮ ਕਰਾਉਂਦਾ ਸੀਗਾ ਜੀ ਉਹਦੇ ਕੋਲੇ ਮੁੰਡੇ ਆਉਂਦੇ ਹੁੰਦੇ ਸੀ ਸੂਟਾ ਪੀਣ ਵਾਸਤੇ ਤੇ ਉਹ ਕਰਾਉਂਦਾ ਉਹ ਚਾਹੁੰਦਾ ਸੀ ਵੀ ਇਹ ਗਲਤ ਕੰਮ ਕਰੇ ਤੇ ਵੀ ਮੈਨੂੰ ਪੈਸਾ ਮਿਲੇ ਜਾਂ ਕੋਈ ਚੀਜ਼ ਮਿਲੇ ਉੱਥੇ ਮੁੰਡਾ ਸੀ ਕੋੜੇ ਛਾਪੇ ਦਾ ਰਾਜ ਰਾਜ ਜੋ ਡਰਾਈਵਿੰਗ ਕਰਦਾ ਸੀਗਾ ਉਹ ਉੱਥੇ ਆਉਂਦਾ ਹੁੰਦਾ ਸੀਗਾ ਬਾਬਾ ਮੈਨੂੰ ਕਹਿੰਦਾ ਸੀ ਗਲਤ ਕੰਮ ਕਰ ਉਹਨੇ ਮੇਰੇ ਥੱਪੜ ਮਾਰਿਆ ਜਦੋਂ ਨੇ ਥੱਪੜ ਮਾਰਿਆ ਨਾ ਉਹ ਮੁੰਡੇ ਨੇ ਕੀ ਕੀਤਾ ਮੇਰੀ ਬਾਹ ਫੜ ਲਈ ਬਾਹ ਫੜ ਕੇ ਮੈਨੂੰ ਘਰੇ ਲੈ ਗਿਆ ਮੁੰਡਾ ਕੌਣ ਸੀ ਬਾਬਾ ਜੀ ਉੱਥੇ ਡੇਰੇਦਾਰ ਸੀ ਕੋਈ ਨਹੀਂ ਜੀ ਨਹੀਂ ਨਹੀਂ ਡੇਰੇਦਾਰ ਨਹੀਂ ਸੀ ਜੀ ਵੈਸੇ ਡਰਾਈਵਿੰਗ ਕਰਦਾ ਸੀ ਉਹ ਮਤਲਬ ਕੀ ਬਾਬੇ ਹਰ ਗਿਆ ਨੂੰ ਕਾਲੀ ਮਾਤਾ ਦੇ ਲੈ ਕੇ ਜਾਂਦਾ ਸੀ ਪਟਿਆਲੇ ਲੈ ਕੇ ਜਾਂਦੇ ਹਰ ਸ਼ਨੀਵਾਰ ਦੇ ਸ਼ਨੀਵਾਰ ਉੱਥੇ ਆਉਣਾ ਜਾਣਾ ਹੋ ਗਿਆ ਉਹ ਮੇਰਾ ਬਣ ਗਿਆ ਭਰਾ ਉਹ ਕਹਿੰਦਾ ਵੀ ਤੂੰ ਮੈਨੂੰ ਭੈਣ ਲੱਗਦੀ ਆ ਮੈਨੂੰ ਭੈਣ ਕਹਿਣ ਲੱਗ ਗਿਆ ਮੇਰਾ ਭਾਈ ਬਣ ਗਿਆ ਉਹ ਮਤਲਬ ਕੀ ਜਦੋਂ ਬਾਬੇ ਨੇ ਮੇਰੇ ਥੱਪੜ ਮਾਰਿਆ ਨਾ ਉਹ ਬਾਹ ਫੜ ਕੇ ਲੈ ਗਿਆ ਮੈਨੂੰ ਬਾਬੇ ਕੋਲੋਂ ਕਹਿੰਦਾ ਵੀ ਕੋਈ ਨਹੀਂ ਮੈਂ ਜਾਉਂਦਾ ਹੈਗਾ ਹਜੇ ਮੈਨੂੰ ਘਰੇ ਲੈ ਕੇ ਜਾਉਂਗਾ ਜਦ ਘਰੇ ਗਿਆ ਮਤਲਬ ਕਿ ਉਹ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਸੀਗੇ ਠੀਕ ਆ ਉਹਨਾਂ ਕੀ ਜਿਹੜੇ ਦੇ ਪਾਪਾ ਸੀਗੇ ਉਹ ਸੀਗੇ ਰਿਟਾਇਰ ਫੌਜੀ ਉਹਨਾਂ ਕੀ ਮਿਡਲ ਕਲਾਸ ਫੈਮਿਲੀ ਨੂੰ ਕਰਦੇ ਸੀ ਬਿਲੋਂਗ ਤੇ ਜਾ ਕੇ ਕਹਿੰਦਾ ਵੀ ਆਹ ਮੈਂ ਲੈ ਆਇਆ ਮੈਂ ਇਹਨੂੰ ਮੈਂ ਭੈਣ ਕਿਹਾ ਵਾ ਹੁਣ ਤੁਸੀਂ ਦੱਸੋ ਵੀ ਇਹਨੂੰ ਰੱਖਣਾ ਕਿ ਮੈਂ ਇਹਨੂੰ ਕਿਤੇ ਹੋਰ ਛੱਡਿਆ ਵਾ ਉਹ ਐਡੇ ਨਾਈਸ ਮੇਟ ਮਲਕੀ ਬੰਦੇ ਸੀ ਨਾ ਉਹ ਕਹਿੰਦੇ ਵੀ ਕੋਈ ਨਹੀਂ ਜਿੱਥੇ ਸਾਡੀਆਂ ਤਿੰਨ ਕੁੜੀਆਂ ਆ ਕੇ ਚੌਥੀ ਐ ਅਸੀਂ ਇਹਨੂੰ ਕੁੜੀ ਬਣਾ ਕੇ ਰੱਖਾਂਗੇ ਮਲਗੀ ਸ਼ਰਮਾ ਫੈਮਲੀ ਨੇ ਤੁਹਾਨੂੰ ਅਸੈਪਟ ਨਹੀਂ ਕੀਤਾ ਤਾਂ ਇੱਕ ਅਦਰ ਫੈਮਲੀ ਨੇ ਤੁਹਾਨੂੰ ਅਸੈਪਟ ਕਰ ਲਿਆ ਹਾਂਜੀ ਮੈਨੂੰ ਅਦਰ ਫੈਮਲੀ ਨੇ ਅਸੈਪਟ ਕੀਤਾ ਜੀ ਤਿੰਨ ਸਾਲ ਤਾ ਉਹਨਾਂ ਨੇ ਮੈਨੂੰ ਘਰੋਂ ਬਾਹਰ ਨਹੀਂ ਨਿਕਲ ਦਿੱਤਾ ਜੀ ਉਹ ਕਹਿੰਦੇ ਜੈਹੋ ਜੀ ਰੁਕੀ ਮਸੀ ਅਸੀਂ ਖਾਣੇ ਆਓ ਜੀ ਰੁਕੀ ਮਸੀ ਤੁੰਕਾ ਉਹ ਪਰਿਵਾਰ ਸਿੱਖ ਫੈਮਲੀ ਤੋਂ ਬਿਲੋਂਗ ਕਰ ਰਿਹਾ ਸੀ ਇਹ ਇੱਕ ਸਿੱਖ ਫੈਮਲੀ ਨੂੰ ਬਿਲੋਂਗ ਕਰਦਾ ਜੀ ਜੀ ਗਿਆਨ ਸਿੰਘ ਜੀ ਸੀ ਜੀ ਤੇ ਇਸ ਤਰ੍ਹਾਂ ਦੇਖਿਆ ਉਹਨਾਂ ਦਾ ਨੇਚਰ ਕਿਸ ਤਰ੍ਹਾਂ ਬਹੁਤ ਨੇਚਰ ਵਧੀਆ ਜੀ ਬਹੁਤ ਹੀ ਨੇਚਰ ਵਧੀਆ ਮਤਲਬ ਕੀ ਠੀਕ ਹੈ ਜਿੰਨਾ ਚਿਰ ਮੈਨੂੰ ਲੁਧਿਆਣੇ ਸੈੱਟ ਨਹੀਂ ਹੋਈ ਮੈਂ ਪਹਿਲਾਂ ਤਲਵੰਡੀ ਸਾਹਿਬ ਕੋਲੇ ਸੀਗਾ ਗੈਰੀ ਭਾਗ ਉੱਥੇ ਮੈਂ ਡੇਰੇ 'ਚ ਰਹੀਆਂ 2 ਸਾਲ ਮੁੜ ਕੇ ਕਿਤੇ ਕਿਤੇ ਉਹ ਮੁੰਡੇ ਨੇ ਮਲਕੀ ਮੇਰੇ ਬਰਾਦਰ ਨੇ ਜਿੰਨਾ ਚਿਰ ਮੈਨੂੰ ਲੁਧਿਆਣੇ ਸੈੱਟ ਨਹੀਂ ਕੀਤਾ ਨਾ ਉਹਨੇ ਸੁੱਖ ਦਾ ਸਾਹ ਨਹੀਂ ਲਿਆ ਇਹ ਤਾਂ ਨਹੀਂ ਹੋਇਆ ਮੱਲੇਆਂ ਦੇ ਮੱਲੇ ਦੇ ਵਿੱਚ ਵੀ ਲੋਕਾਂ ਨੇ ਉਥੇ ਸੈਪਟ ਨਾ ਕੀਤਾ ਹੋਵੇ ਲੋਕਾਂ ਨੇ ਉਸ ਪਰਿਵਾਰ ਨੂੰ ਕਿਹਾ ਹੋਵੇ ਜਿਸ ਤਰ੍ਹਾਂ ਤੁਸੀਂ ਕਹ ਰਹੇ ਸ਼ਰਮਾ ਪਰਿਵਾਰ ਦੇ ਵਿੱਚ ਵੀ ਮੇਰੇ ਨੂੰ ਸੈਪਟ ਨਹੀਂ ਕੀਤਾ ਤਾਂ ਫਿਰ ਜਦੋਂ ਇਸ ਪਰਿਵਾਰ 'ਚ ਗਏ ਹੋ ਤਾਂ ਉਸ ਮੱਲੇ 'ਚ ਵੀ ਕੋਈ ਇਦਾਂ ਦੀ ਗੱਲਾਂ ਹੋਈਆਂ ਹੋਣਾਂ ਨਾ ਜੀ ਨਾ ਨਾ ਬਿਲਕੁਲ ਹੀ ਨਹੀਂ ਉਹ ਮਤਲਬ ਕਿ ਪਿੰਡਾ ਪਿੰਡ ਤੇ ਲੋਕ ਤਾਂ ਇੰਨੇ ਨਾਈਸ ਜਿਹਾ ਸਾਰੇ ਐ ਕਹਿੰਦੇ ਸੀ ਵੇ ਸਾਡੇ ਪਿੰਡ ਦੀ ਕੁੜੀ ਆ ਉਹਨਾਂ ਨੇ ਕਦੇ ਐ ਹੀ ਨਹੀਂ ਕਿਹਾ ਸੀ ਵੀ ਇਹ ਕਿੰਨਰਾ ਉਹਨਾਂ ਦੇ ਪਰਿਵਾਰ ਵਿੱਚ ਤਿੰਨ ਕੁੜੀਆਂ ਸੀ ਇੱਕ ਮੁੰਡਾ ਸੀ ਪਰਿਵਾਰ ਬਾਬਾ ਜੀ ਜਿਹੜੇ ਪਰਿਵਾਰ ਕਿਹੜੇ ਕਿਹੜੇ ਪਰਿਵਾਰ ਸੇ ਤੁਹਾਡਾ ਉਹ ਫੋਟੋ ਪਈ ਆ ਜੀ ਉਹਨਾਂ ਦੀ ਤਿੰਨ ਕੁੜੀਆਂ ਇੱਕ ਕੁੜੀ ਅੱਬੂ ਵਾਲ ਵਿਆਹੀ ਵੀ ਆਪਣੇ ਦੇਖ ਸਕਦੇ ਹੋ ਪੂਰੇ ਪਰਿਵਾਰ ਨੇ ਜਿਸ ਪਰਿਵਾਰ ਨੇ ਬਾਬਾ ਜੀ ਨੂੰ ਸਾਂਭਿਆ ਹੈਗਾ ਮਹੰਤ ਜੀ ਨੂੰ ਸਾਂਭਿਆ ਹੈਗਾ ਤਾਂ ਉਸ ਪਰਿਵਾਰ ਦੀਆਂ ਫੋਟੋਆਂ ਆਪਣੇ ਦਿਲ ਦੇ ਵਿੱਚ ਵੀ ਵਸਾ ਕੇ ਰੱਖੀਆਂ ਆਈਆਂ ਤਾਂ ਆਪਣੇ ਕਮਰੇ ਦੇ ਵਿੱਚ ਵੀ ਹਰ ਰੀਤੀ ਰਿਵਾਜ ਜੋ ਵਿਆਹ ਹੁੰਦਾ ਸੀ ਤਾਂ ਉੱਥੇ ਵੀ ਬਾਬਾ ਜੀ ਦੇ ਜੋ ਰਿਸਪੈਕਟ ਦਿੱਤੀ ਜਾਂਦੀ ਸੀ ਇੱਕ ਪੈਣ ਨੂੰ ਉਹ ਭਰਾ ਵੱਲੋਂ ਦਿੱਤੀ ਜਾ ਰਹੀ ਸੀ ਹਾਂਜੀ ਹਾਂਜੀ ਹਾਲਾਂਕਿ ਉਹਨਾਂ ਦੇ ਸ਼ਰੀਕੇ ਕਬੀਲੇ ਵੱਲੋਂ ਵੀ ਮੈਨੂੰ ਕਹਿੰਦੇ ਸੀ ਵੀ ਸਾਡੇ ਪਰਿਵਾਰ ਦੀ ਕੁੜੀ ਆ ਇਹ ਮਤਲਬ ਕਿ ਮੈਂ ਕਿਹਾ ਮੈਂ ਕਿਹਾ ਪਾਪਾ ਤੋਂ ਸਾਰੀਆਂ ਕੁੜੀਆਂ ਦਾ ਵਿਆਹ ਕੀਤਾ ਮੈਨੂੰ ਵੀ ਸਮਾਨ ਦੇ ਮੇਰਾ ਕੀ ਕੀਤਾ ਹਾਲਾਂਕਿ ਉਹਨਾਂ ਨੇ ਸਾਰਾ ਐਲ ਡੀ ਡੀ ਫਰਿੱਜ ਾਲਮਾਰੀ ਆ ਸਾਰਾ ਫਰਨੀਚਰ ਉਹਨਾਂ ਨੇ ਦਿੱਤਾ ਮੈਨੂੰ ਉਹਨਾਂ ਨੇ ਕਹਿੰਦੇ ਵੀ ਅਸੀਂ ਉਹਨਾਂ ਦਾ ਕੀਤਾ ਲੈ ਤੈਨੂੰ ਆ ਸਮਾਨ ਦੇਣ ਲੱਗੇ ਆ ਉਹਨਾਂ ਦੀ ਇੱਕ ਕੁੜੀ ਅੱਬੂ ਵਾਲੇ ਵਿਆਹੀ ਵੀ ਆ ਆਪਣੇ ਸਰਾਬੇ ਕੋਲੇ ਬਹੁਤ ਜ਼ਿਆਦਾ ਕਰਦੇ ਨੇ ਐ ਨਹੀਂ ਵੀ ਜਿੰਨਾਂ ਚ ਕਿਤੇ ਹੜੀ ਚ 4 4 5 5 ਫੋਨ ਨਾ ਹੋਣ ਨਾ ਤਾਂ ਉਹਨਾਂ ਨੂੰ ਸਬਰ ਨਹੀਂ ਆ ਜਿਹੜੀ ਇਹ ਤਸਵੀਰ ਹੈ ਇਹ ਕੌਣ ਹੈ ਇਹ ਮੇਰੇ ਦਾਦਾ ਦਾਦੀ ਜੀ ਨੇ ਸ਼ਰਮ ਫੈਮਿਲੀ ਚੋਂ ਆਣ ਜੀ ਜਿਨ੍ਹਾਂ ਨੇ ਕਿ ਮੈਨੂੰ ਰਾਤ ਨੂੰ ਘਰੋਂ ਨਿਕਲ ਤੋਂ ਮਜਬੂਰ ਕਰਤਾ ਸੀਗਾ ਉਸ ਟਾਈਮ ਮੈਂ ਰਾਤ ਨੂੰ ਨਿਕਲੀ ਸੀ ਰਾਤ ਨੂੰ 9 ਵਜੇ ਕਹਿੰਦੇ ਸੀ ਸ਼ਨੂ ਸ਼ਰਮ ਆਉਂਦੀ ਆ ਵੀ ਤੂੰ ਸਾਡੇ ਘਰੇ ਕਿੰਨੇ ਰਾਂ ਮਤਲਬ ਕਿ ਇਹ ਦਾਦਾ ਦਾਦੀ ਆ ਲੇਕਿਨ ਤੁਸੀਂ ਆਪਣੇ ਦਿਲੋਂ ਦੇ ਵਿੱਚ ਉਹਨਾਂ ਨੂੰ ਹਜੇ ਤੱਕ ਰਿਸਪੈਕਟ ਦਿੱਤੀ ਹੋਈ ਆ ਕਿ ਦੇਖੋ ਤਸਵੀਰ ਉਸ ਘਰ ਵਿੱਚ ਰੱਖੀ ਹੋਈ ਆ ਕਿ ਉਹਨਾਂ ਨੇ ਤੁਹਾਨੂੰ ਰਿਸਪੈਕਟ ਨਹੀਂ ਰਿਸਪੈਕਟ ਨਹੀਂ ਕੀਤਾ ਹੈਗਾ ਲੇਕਿਨ ਤੁਸੀਂ ਇਸ ਤਸਵੀਰ ਨੂੰ ਆਪਣੇ ਇਸ ਰੂਮ ਦੇ ਵਿੱਚ ਬੜੇ ਆਦਰ ਸਮਾਨ ਨਾਲ ਰੱਖਿਆ ਹੈ ਪਹਿਲਾਂ ਨਹੀਂ ਕੀਤਾ ਸੀ ਵੱਟ ਹੁਣ ਆਉਂਦੇ ਜਾਂਦੇ ਆ ਜੀ ਮੇਰੇ ਕੋਲੇ ਹੁਣ ਆਉਂਦੇ ਜਾਂਦੇ ਆ ਕਰਦੇ ਵੀ ਆ ਚਲੋ ਠੀਕ ਆ ਮੈਂ ਵੀ ਆਉਣੀ ਜਾਂਦੀ ਆ ਅਕਦਰ ਬਿਮਾਰ ਰਹਿੰਦੇ ਨੇ ਠੀਕ ਆ ਮੈਂ ਉਹਨਾਂ ਨੂੰ ਖਰਚਾ ਪਾਣੀ ਵੀ ਦੇ ਕੇ ਆਉਣੀ ਆ ਸਾਰਾ ਕੁਝ ਆਉਂਦੀ ਜਾਂਦੀ ਆ ਮਲਕੀ ਹੁਣ ਤੁਹਾਨੂੰ ਰਿਸਪੈਕਟ ਕਰ ਲਿਆ ਕਿਉਂਕਿ ਵਜ੍ਹਾ ਹੋ ਗਈ ਕਿ ਹੁਣ ਪਹਿਲੇ ਜਿਸ ਪਰਿਵਾਰ ਨੇ ਤੁਹਾਨੂੰ ਕਰੋ ਰਾਤ ਨੂੰ ਤੁਸੀਂ ਕਹਿ ਰਹੇ ਹੋ ਸਬ ਮੈਨੂੰ ਕੱਢਣ ਤੋਂ ਮਜਬੂਰ ਕਰਤਾ ਹੁਣ ਤੁਹਾਡੇ ਕੋ ਆnde ਜਾਂਦੇ ਆ ਕੀ ਐਸਾ ਹੋ ਗਿਆ ਹੁਣ ਤੁਹਾਡੇ ਚ ਐਸਾ ਕੀ ਦੇਖ ਲਿਆ ਇੱਕ ਪੈਸਾ ਜੀ ਇੱਕ ਮੇਰੀ ਜੋ ਪ੍ਰਾਪਰਟੀ ਪਈ ਆ ਉੱਥੇ ਵੀ ਪ੍ਰਾਪਰਟੀਆਂ ਬਾਕੀ ਤੁਸੀਂ ਆਪ ਸਮਝਦਾ ਰਹੋ ਮਤਲਬ ਕਿ ਤੁਹਾਡੇ ਨਾਮ ਤੇ ਜਾਇਦਾਦ ਬੋਲਦੀ ਹੋਗੀ ਹਾਂਜੀ ਬੋਲਦੀ ਇਸ ਕਾਰਨ ਹਾਂਜੀ ਬੱਬੀ ਜਿਹੜੇ ਤੁਸੀਂ ਫੈਮਿਲੀ ਵਿੱਚ ਤੁਸੀਂ ਐਕਸੈਪਟ ਕੀਤਾ ਸੀ ਜਿਨ੍ਹਾਂ ਨੇ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਮਤਲਬ ਕਿ ਤਿੰਨ ਕੁੜੀਆਂ ਦਾ ਤੁਸੀਂ ਕਹਿ ਰਹੇ ਹੋ ਵਿਆਹ ਕਰਤਾ ਤੇ ਤੁਹਾਡੇ ਬਾਰੇ ਵੀ ਕੁਝ ਸੋਚਿਆ ਜਦੋਂ ਵਿਆਹ ਵਿਆਹ ਦੇ ਬਾਰੇ ਉਹਨਾਂ ਨੇ ਹਾਂਜੀ ਹਾਂਜੀ ਰਾਜੀ ਇਹ ਸਾਰਾ ਸਮਾਨ ਉਹਨਾਂ ਨੇ ਦਿੱਤਾ ਬੱਟ ਸਾਡੇ ਫੰਕਸ਼ਨ ਹੁੰਦਾ ਸਾਡੇ ਗੋਦ ਭਰਾਈ ਹੁੰਦੀ ਆ 2 ਮਹੀਨੇ ਹੋ ਗਏ ਮੇਰੀ ਗੋਦ ਭਰਾਈ ਸੀ ਮੇਰਾ ਵਧੀਆ ਵਿਆਹ ਵਾਂਗੂ ਕਰਕੇ ਗਏ ਨੇ ਸਾਡੇ 4 ਤੋਲੇ ਦਾ ਸੈੱਟ ਮੈਨੂੰ ਪਾ ਕੇ ਗਏ ਨੇ 골ਡ ਦਾ ਮੇਰੇ ਜੋ ਮਤਲਬ ਕਿ ਮੇਰੇ ਹੌਬੀ ਸੀਗੇ ਏ ਮੁੰਡਾ ਇਹਨਾਂ ਨੂੰ ਰਿੰਗ ਪਾ ਕੇ ਗਏ ਨੇ ਸਾਰਾ ਰੀਤੀ ਰਿਵਾਜ ਕਰਕੇ ਗਏ ਨੇ ਪੂਰਾ ਮਹਾਂਤਾ ਜਾ ਕੇ ਮਤਲਬ ਕਿ 5-7 ਲੱਖ ਰੁਪਇਆ ਲਾ ਕੇ ਗਏ ਨੇ ਮਤਲਬ ਕਿ ਤੁਸੀਂ ਜਿੰਦ ਨੇ ਰਿਲੇਸ਼ਨ 'ਚ ਰਹੇ ਰਹੇ ਸੀ ਤੁਸੀਂ ਜੋ ਕੱਲ ਕਿਤੇ ਸੀ ਪਿਆਰ ਜਿੰਦ ਨੇ ਪਿਆਰ ਕੀਤਾ ਸੀ ਉਹਦੇ ਨਾਲ ਮਤਲਬ ਕਿ ਜੋ ਰੀਤੀ ਰਿਵਾਜ ਪਰਿਵਾਰ ਵੱਲੋਂ ਕਰਕੇ ਗਏ ਸੀ ਹਾਂਜੀ ਸਭ ਕਰਕੇ ਗਏ ਆ ਜੀ ਉਹ ਰਿਸਪੈਕਟ ਕੀਤਾ ਮੁੰਡੇ ਵੱਲੋਂ ਤੁਹਾਨੂੰ ਕਬੂਲ ਕੇ ਕਰ ਲਿੱਤਾ ਗਿਆ ਸੀ ਕਿਸ ਤਰ੍ਹਾਂ ਮੁੰਡੇ ਨੂੰ ਮਿਲਲੇ ਸੀ ਤੁਸੀਂ ਮੈਂ ਐਕਚੁਅਲੀ ਕਿਸੇ ਫੰਕਸ਼ਨ ਤੇ ਗਈ ਸੀ ਜੀ ਸਮਾਲ ਸਰ ਉੱਥੇ ਮੈਨੇ ਮੁੰਡਾ ਮਿਲਿਆ ਸੀਗਾ ਸਾਡੀ ਗੱਲਬਾਤ ਹੋਣ ਲੱਗ ਗਈ ਅਸੀਂ ਰਿਲੇਸ਼ਨ 'ਚ ਆ ਗਏ ਤੇ ਮਤਲਬ ਕਿ ਬਹੁਤ ਕਰਦਾ ਸੀ ਮੇਰਾ ਬਹੁਤ ਹੀ ਜ਼ਿਆਦਾ ਕਰਦਾ ਸੀਗਾ ਠੀਕ ਆ ਇਹ ਡਰਾਈਵਿੰਗ ਕਰਦਾ ਸੀਗਾ ਜੀ ਤੇ ਮੈਂ ਕਹਿੰਦਾ ਚੱਲ ਤੂੰ ਲੋਕਾਂ ਦੇ ਕੰਮ ਕਰਦਾ ਆਪਾਂ ਗੱਡੀ ਲੈ ਲੈਨੇ ਆ ਮੈਨੂੰ ਕਹਿੰਦਾ ਚੱਲ ਆਪਾਂ ਗੱਡੀ ਲੈ ਲੈਨੇ ਮੈਂ ਤੇਰਾ ਇੱਕ ਪੈਸਾ ਨਹੀਂ ਰੱਖਦਾਗਾ ਮੈਂ ਤੈਨੂੰ ਪੈਸੇ ਮੋੜੀ ਚੱਲੂਗਾ ਚੱਲ ਸਾਡੀ ਗੱਲਬਾਤ ਹੋ ਗਈ ਆ ਪਰ ਵਿੱਚ ਕੁਝ ਗੱਲਾਂ ਹੀ ਇਹੋ ਜਿਹੀਆਂ ਹੋਈਆਂ ਜਿਹੜਾ 2 ਮਹੀਨੇ ਹੋ ਗਏ ਮੈਂ ਹੁਣ ਤੁਹਾਨੂੰ ਕੀ ਦੱਸਾਂ ਜੀ ਤੇ ਜਿਹੜਾ ਹੁਣ ਮੈਨੂੰ ਇਹਨੇ ਬਲੌਕ ਹੀ ਕਰਤਾ ਮਤਲਬ ਕਿ ਮਤਲਬ ਕਿ ਤੁਹਾਡੇ ਨਾਲ ਇਹ ਤੁਸੀਂ ਕਹਿ ਰਹੇ ਹੋ ਕਿ ਮੈਂ ਫੈਮਿਲੀ ਤੋਂ ਬਾਅਦ ਮਤਲਬ ਕਿ ਇਸ ਦੇ ਨਾਲ ਰਹੀ ਹਾਂ ਇਹਨੂੰ 10 ਸਾਲ ਤੋਂ ਤੁਸੀਂ ਪਿਆਰ ਕੀਤਾ ਹੈਗਾ ਤਾਂ ਉਹ ਅੱਜ ਤੁਹਾਨੂੰ ਛੱਡ ਕੇ ਦੂਰ ਹੋ ਗਿਆ ਹਾਂਜੀ ਦੂਰ ਹੋ ਗਿਆ ਜੀ ਇਹ ਮਤਲਬ ਕਿ ਪਿਛਲੇ ਪਹਿਲਾਂ ਤਾਂ ਇਹ ਮੈਨੂੰ ਬਲਾਗ ਕਰਤਾ ਸੀ ਜੀ ਪਿਛਲੇ ਹਫਤੇ ਮੈਨੂੰ ਕਹਿੰਦਾ ਵੀ ਗੱਡੀ ਲੈਣ ਜਾਣਾ ਮੈਂ ਕਿਹਾ ਚਲ ਆਪਾਂ ਗੱਡੀ ਲੈਣ ਚੱਲਦੇ ਹਾਂ ਮੈਂ ਆਪਦੇ ਡਰਾਈਵਰ ਨੂੰ ਕਿਹਾ ਮੈਂ ਕਿਹਾ ਚਲ ਆਪਾਂ ਚੱਲ ਰਾਤ ਨੂੰ ਮੈਂ 10 ਵਜੇ ਮਤਲਬ ਕਿ ਪੈਸੇ ਲੈ ਕੇ ਗਈਆਂ ਚੰਡੀਗੜ੍ਹ ਐਨੇ ਵਧੀਆ ਰੋਟੀ ਖਾਧੀ ਆ ਰਾਤ ਨੂੰ ਸਾਡੇ ਨਾਲ ਬਹਿ ਕੇ ਵਧੀਆ ਗੱਲਬਾਤ ਕੀਤੀ ਪਤਾ ਨਹੀਂ ਇਹਨੂੰ ਕੀ ਹੋ ਗਿਆ ਇੱਕੋ ਤਾਂ ਮੇਦਾ ਦਿਮਾਗ ਖਰਾ ਹੋ ਗਿਆ ਮੁੰਡੇ ਦਾ ਲੜਾਈ ਝਗੜਾ ਕੰਦ ਲੱਗ ਗਿਆ ਜਿਹੜਾ ਕਿ ਅੱਜ ਤੱਕ ਮੇਰਾ ਕਿਸੇ ਨੇ ਹੱਥ ਨਹੀਂ ਜੱਕਿਆ ਸੀ ਇਹ ਮੁੰਡੇ ਨੇ ਮੇਰੇ ਤੇ ਹੱਥ ਵੀ ਜੱਕਿਆ ਅੱਛਾ ਜੀ ਹੱਥ ਵੀ ਜੱਕਿਆ ਅਸਾ ਕੀ ਹੋ ਗਿਆ ਬਾਬਾ ਜੀ ਕੀ ਇੱਕ ਇੰਨਾ ਪਿਆਰ ਤਾਂ ਉਸ ਤੋਂ ਬਾਅਦ ਇੱਕਦਮ ਵਿਛੋੜਾ ਪਤਾ ਹੀ ਨਹੀਂ ਕੀ ਹੋਇਆ ਜੀ ਮੈਨੂੰ ਆਪ ਖੁਦ ਸਮਝ ਨਹੀਂ ਆਉਂਦਾ ਵੀ ਕੀ ਗੱਲ ਹੋਈਏ ਕੀ ਨਹੀਂ ਹੋਈ ਹਾਲਾਂਕਿ ਮੈਂ ਮੈਂ ਮੇਰੇ ਵੀ ਨੰਗੇ ਪੈਰਾਂ ਦੀ ਕਮਾਈ ਸੀ ਜੀ ਮੈਂ ਰਾਤ ਨੂੰ ਕੈਸ਼ ਲੈ ਕੇ ਗਈਆਂ ਮੈਂ ਕਿਹਾ ਚਲ ਕੋਈ ਨਹੀਂ ਆਪਾਂ ਸਵੇਰ ਗੱਡੀ ਲੈ ਕੇ ਜਾਵਾਂਗੇ ਮਤਲਬ ਕਿ ਇੱਕ ਗੱਡੀ ਦੇ ਪਿੱਛੇ ਕਹਿਣ ਦਾ ਮਤਲਬ ਹੈ ਕਿ ਗੱਡੀ ਨਾ ਦਵਾਈ ਹੈ ਜਾਂ ਤਾਂ ਛੱਡ ਕੇ ਚੱਲ ਗਿਆ ਹੈ ਨਹੀਂ ਗੱਡੀ ਨਾ ਦਵਾਈ ਨਹੀਂ ਮੈਂ ਤਾਂ ਕੋਈ ਦੱਸੀ ਜਾਂਨੇ ਵੀ ਮੈਂ ਕੈਸ਼ ਲੈ ਕੇ ਗਈਆਂ ਵੀ ਆਪਾਂ ਸਵੇਰ ਗੱਡੀ ਲੈਣ ਜਾਣਾ ਵਾ ਬੈਠੇ ਬੈਠੇ ਨਹੀਂ ਪਤਾ ਨਹੀਂ ਕੀ ਹੋਇਆ ਬੈਠੇ ਬੈਠੇ ਨਹੀਂ ਪਤਾ ਨਹੀਂ ਕੀ ਹੋਇਆ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਕੀਤੀ ਜੀ ਇਹਨੇ ਮੈਨੂੰ ਬਲਾਕ ਕਰਤਾ ਇਹਦੀ ਮਾਦਰ ਗੱਲ ਕਰਦੀ ਹੈ ਕਹਿੰਦੀ ਸਾਡੇ ਮਿੰਡੇ ਦਾ ਖਿਹੜਾ ਛੱਡ ਤੁਹਾਡੀ ਜਿੰਦਗੀ ਜਿਉਂ ਸਾਨੂੰ ਆਤਮ ਜਿੰਦਗੀ ਜਿਉਂ ਦੇ ਕਹਿੰਦੀ ਤੂੰ ਕੁੜੀ ਦਾ ਰਿਸ਼ਤਾ ਦੇਣਾ ਸਾਡੇ ਮੁੰਡੇ ਨੂੰ ਅੱਛਾ ਜੀ ਮੈਂ ਕਿ ਹੁਣ ਬਹੁਤ ਰਾਹ ਬੋਲ ਰਹੀ ਹੈ ਮੈਨੂੰ ਇਹਦੀ ਮਤਲਬ ਹੀ ਮੈਂ ਤੁਸੀਂ ਆਪਣੇ ਮਾਪੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਦੋਨੋਂ ਮੱਧਕੀ ਦੋ ਮਾਵਾ ਤੁਹਾਡੇ ਸੇਡ ਦੇ ਉੱਤੇ ਪਹਿਲੇ ਤੁਸੀਂ ਘਰ ਇੱਕ ਪਰਵਾਰ ਨੇ ਤਾਂ ਸਾਨੂੰ ਅਸੈਪਟ ਨਹੀਂ ਕੀਤਾ ਦੂਜੇ ਪਰਵਾਰ ਨੇ ਅਸੈਪਟ ਕੀਤਾ ਤਾਂ ਹੁਣ ਦੋ ਮਾਵਾ ਦਾ ਆਸ਼ੀਰਵਾਦ ਆ ਤੁਹਾਡੇ ਤੇ ਤਾਂ ਉਸ ਮਾਪੇ ਨੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਹਨਾਂ ਦੇ ਮਾਪਾਪਨਾ ਕਿਥੇ ਸੀ ਜੀ ਬਹੁਤ ਕੋਸ਼ਿਸ਼ ਕੀਤੀ ਹੈ ਬੱਟ ਮੇਰੀਆਂ ਭੈਣਾਂ ਵੀ ਕਹਿੰਦੀਆਂ ਵੀ ਚੱਲ ਤੂੰ ਖਿਹੜਾ ਛੱ ਖੜਾ ਛੱਡ ਜਦੋਂ ਇੰਨੀਆਂ ਗੱਲਾਂ ਕਹਿ ਰਹੇ ਨੇ ਤੋ ਖੜਾ ਛੱਡ ਪਰ ਤੁਹਾਨੂੰ ਵੀ ਪਤਾ ਜੀ ਖੜਾ ਨਹੀਂ ਛੱਡਿਆ ਜਾਂਦਾ ਇੱਕੋ ਦਾਮ। ਕਹਿੰਦੇ ਕਿ ਦਿਲ ਬਣਿਆ ਪਿਆਰ ਲੀਏ ਤਾਂ ਵਿਛੋੜਾ ਪਾਣਾ ਬੜਾ ਮੁਸ਼ਕਲ ਹੈਗਾ। ਉਹੀ ਗੱਲ ਆ ਜੀ ਦਿਨ ਤਾਂ ਨਿਕਲ ਜਾਂਦਾ ਪਰ ਰਾਤ ਬਹੁਤ ਔਖੀ ਨਿਕਲਦੀ ਹੈ। ਬਸ ਮੈਂ ਰੋ ਪਟ ਲੈ ਲੀਂਆਂ ਮੈਂ ਕਦੇ ਨਸ਼ਾ ਨਹੀਂ ਕੀਤਾ ਸੀਗਾ ਮੈਂ 30 ਦੀ ਐਲਫਐਕਸ ਦੀਆਂ ਗੋਲੀਆਂ ਖਾ ਜਾਣੀਆਂ ਜੀ ਵੀ ਮੈਨੂੰ ਇਹ ਯਾਦ ਨਾ ਆਵੇ। ਕਿਉਂ ਬਾਬਾ ਜੀ ਇਸ ਤਰ੍ਹਾਂ ਕਿਉਂ ਹੁੰਦਾ ਜਿੰਦਗੀ ਸਿਰਫ ਦੇਖੋ ਕਿ ਕਈ ਵਾਰ ਇੱਕ ਮੋੜ ਹੈ ਕਈ ਵਾਰ ਜੋ ਤੋਖਾ ਮਿਲਦਾ ਹੈ ਕੁਝ ਅਛੇ ਲਈ ਮਿਲਦਾ ਹੈਗਾ ਜੋ ਪਰਮਾਤਮਾ ਪਰਮਾਤਮਾ ਇਹ ਚੀਜ਼ ਕਹਿੰਦਾ ਕਿ ਤੋਖਾ ਮਿਲਦਾ ਸ਼ਾਇਦ ਕੋਈ ਅਛੇ ਲਈ ਮਿਲਦਾ ਹੋਵੇ ਪਤਾ ਨਹੀਂ ਜੀ ਕੀ ਗੱਲ ਹੈ ਮੈਨੂੰ ਸਮਝ ਨਹੀਂ ਆਉਂਦੀ ਬਟ ਮੈਂ ਇਹਨੂੰ ਜਿਲੋਂ ਪਿਆਰ ਕੀਤਾ ਸੀ ਆ ਦੇਖੋ ਮੈਂ ਛਾਤੀ ਤੇ ਵੀ ਨਾਮ ਲਖਵਾਇਆ ਵਾਦਾ ਛਾਤੀ ਤੇ ਵੀ ਨਾਮ ਲਖਵਾਇਆ ਸੀਗਾ ਠੀਕ ਆ ਚੂੜਿਆਂ ਤੇ ਵੀ ਨਾਮ ਆ ਸਾਰੇ ਕਿਤੇ ਨਾਮ ਆ ਜਿਹੜਾ ਇਹ ਬੰਦਾ ਇੱਕ ਮਿੰਟ ਨਹੀਂ ਮੇਰੇ ਬਿਨਾਂ ਸਾਰਦਾ ਹੁੰਦਾ ਸੀ ਮੈਨੂੰ ਸਮਝ ਨਹੀਂ ਆਉਂਦੀ ਵੀ ਇੱਕੋ ਦਾ ਮੇਰੇ ਤੋਂ ਕੀ ਗਲਤੀ ਹੋ ਗਈ ਜਿਹੜਾ ਹੁਣ ਮੇਰੀ ਸ਼ਕਲ ਵੇਖਣਾ ਪਸੰਦ ਨਹੀਂ ਕਰਦਾ ਬڑے ਚਾਵਾ ਨਾਲ ਇਹ ਉਸ ਧੀ ਨੂੰ ਪਾਲ ਲਿਆ ਹੈਗਾ ਉਸ ਮਾਪੇ ਨੇ ਤਾਂ ਉਸ ਧੀ ਦਾ ਵਿਆਹ ਵੀ ਕੀਤਾ ਹੈਗਾ بڑے ਚਾਵਾ ਨਾਲ ਹਰ ਚੀਜ਼ ਕੀਤੀ ਹੈ ਤਾਂ ਉਸ ਮਾਪੇ ਦੇ ਦਿਲ ਦੇ ਉੱਤੇ ਹੁਣ ਕੀ ਬੀਦੀ ਹੋਣੀ ਹੈ ਬਹੁਤ ਬੁਰਾ ਹੁੰਦਾ ਜੀ ਉਹਨਾਂ ਦਾ ਜਦੋਂ ਮੈਂ ਘਰੇ ਮੈਂ ਅਜ ਤੱਕ ਤੇ ਰੋਈ ਨਹੀਂ ਸੀ 15 ਸਾਲ ਹੋ ਗਏ ਪਰ ਜਦੋਂ ਉਹਨਾਂ ਕੋਲ ਜਾ ਕੇ ਹੁਣ ਮੈਂ ਰੋਣੀ ਆ ਨਾ ਤੇ ਮੇਰੀ ਮਦਰ ਦਾ ਮਤਲਬ ਕਿ ਜਿਨ੍ਹਾਂ ਨੇ ਮੈਨੂੰ ਰਿਸਪੈਕਟ ਕੀਤਾ ਉਹਨਾਂ ਨੇ ਇੱਕ ਢੋਣੀ ਜੰਮਿਆ ਮੈਨੂੰ ਪਰ ਉਹਨਾਂ ਦਾ ਬੀਪੀ ਵਧ ਜਾਂਦਾ ਵਾ ਡਾਕਟਰ ਤੇ ਲੈ ਕੇ ਜਾਣਾ ਪੈਂਦਾ ਜਦੋਂ ਮੈਂ ਜਾ ਕੇ ਰੋਣੀ ਆ ਉਹਨਾਂ ਕੋਲ ਜਾਂਦੀਆਂ ਭੈਣਾਂ ਕੋਲ ਰੋਣੀ ਆ ਨਾ ਬਹੁਤ ਮਾੜਾ ਮੈਡਾ ਦਾ ਮਾੜਾ ਹਾਲ ਹੋਣਾ ਹੀ ਹੋਣਾ ਉਹਨਾਂ ਦਾ ਵੀ ਬਹੁਤ ਮਾੜਾ ਹਾਲ ਹੋ ਜਾਂਦਾ ਜੀ ਤੁਸੀਂ ਹੋਰ ਕਿੰਨਰ ਸਮਾਜ ਦੇ ਲੋਕ ਨੂੰ ਕੀ ਬੇਨਤੀ ਕਰਨਾ ਚਾਹੋਗੇ ਮੈਂ ਬਸ ਇਹੀ ਕਹਿਣੀ ਹੈ ਵੀ ਕਿਸੇ ਨਾਲ ਰਿਲੇਸ਼ਨ ਨਾ ਬਣਾਓ ਕਿਸੇ ਨਾਲ ਪਿਆਰ ਨਾ ਕਰੋ ਅੱਜ ਕੱਲ ਪੈਸੇ ਦੀ ਪੀੜ ਆ ਸਾਬ ਬਸ ਲਗੀ ਬਲੋ ਪਿਆਰ ਉਹ ਪੈਸੇ ਦੇ ਕਾਰਨ ਹੀ ਹੁੰਦਾ ਹੈਗਾ ਬਿਲਕੁਲ ਜੀ ਬਿਲਕੁਲ ਪੈਸੇ ਦੇ ਕਾਰਨ ਹੀ ਹੁੰਦਾ ਜੀ ਪੈਸਾ ਫੇਕ ਤਮਾਸ਼ਾ ਤੇ ਇੱਥੋਂ ਤੱਕ ਇਹ ਮੁੰਡਾ ਮੈਂ ਨੱਤੀਆਂ ਕਰਾ ਕੇ ਜਿੱਤੇਗਾ ਸੀ ਰਿੰਗ ਕਰਾ ਕੇ ਆਪਾਂ ਚੈਨੀ ਕਰਾ ਕੇ ਦਿੱਤੀ ਸੀ ਸਮਾਨ ਮੈਨੂੰ ਮੋੜ ਗਿਆ ਕਹਿੰਦਾ ਲੈ ਫੜ ਸਮਾਨ ਸਮਾਨ ਤਾਂ ਮੋੜ ਗਿਆ ਤੁਸੀਂ ਆਪੇ ਦੱਸੋ 골ਡ ਮੋੜ ਗਿਆ ਕਿ ਕਰ ਮੇਰੀ ਇੱਜ਼ਤ ਦਾ ਕੋਈ ਮੁੱਲ ਨਹੀਂ ਮੈਨੂੰ ਲੱਗੇ ਪਿਆਰ ਮੈਨੂੰ ਲੱਗੇ ਪਿਆਰ ਦੀ ਕੀਮਤ ਮੈਨੂੰ ਲੱਗੇ ਤੁਸੀਂ ਕਹਿ ਰਹੇ ਹੋ ਕਿ ਪਿਆਰ ਦੀ ਕੋਈ ਕੀਮਤ ਨਹੀਂ ਰੱਖੀ ਜੋ ਸਮਾਨ ਦੀ ਕੀਮਤ ਰੱਖ ਗਿਆ ਤੁਸੀਂ ਆਪ ਹੀ ਦੱਸੋ ਵੀ ਇੱਜ਼ਤ ਦਾ ਕੋਈ ਮੁੱਲ ਨਹੀਂ ਵੇਰੀ ਵੀ ਜताई ਹਰ ਇਨਸਾਨ ਦੇ ਵਿੱਚ ਦਿਲ ਹੁੰਦਾ ਹੈਗਾ ਚਾਹੇ ਉਹ ਕਿ ਨਰ ਸਮਾਜ ਤੋਂ ਬਿਲੋਂਗ ਕਰਦਾ ਹੋਵੇ ਚਾਹੇ ਉਹ ਸ਼ਰਮਾ ਪਰਿਵਾਰ ਤੋਂ ਚਾਹੇ ਕਿਸੇ ਵੀ ਕਮਿਊਨਿਟੀ ਤੋਂ ਜੋ ਬਿਲੋਂਗ ਕਰਦਾ ਹੋਵੇ ਹਰ ਸਮਾਜ ਦੇ ਵਿੱਚ ਜੋ ਦਿਲ ਹੁੰਦਾ ਹੈਗਾ ਹਰ ਇਨਸਾਨ ਦੇ ਵਿੱਚ ਦਿਲ ਹੁੰਦਾ ਹੈ ਇੱਕ ਇਨਸਾਨ ਹੀ ਹੈ ਜੋ ਇਹ ਜੋ ਪਿਆਰ ਕਰ ਬੈਠੇ ਸੀ ਇੱਕ ਮੰਡੇ ਦੇ ਨਾਲ ਤਾਂ ਉਹਨਾਂ ਵੱਲੋਂ ਕਿਹਾ ਯਾਰਾ ਕਿ ਉਹ ਮੈਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲ ਗਿਆ ਗਿਆ ਅਸੀਂ ਉਸ ਪਿਆਰ ਕਰਨ ਵਾਲੇ ਵੀਰ ਨੂੰ ਵੀ ਕਹਿੰਦੇ ਆ ਕਿ ਜੋ ਜਿੰਨੇ ਇਸ ਇਸ ਮੰਤ ਜੀ ਨਾਲ ਪਿਆਰ ਕੀਤਾ ਤਾਂ ਉਹ ਉਹਨੂੰ ਬਾਰ ਬਾਰ ਪੁਕਾਰ ਰਹੇ ਆ ਕਿ ਉਹ ਜਰੂਰ ਇੱਕ ਵਾਰੀ ਆ ਕੇ ਇਹਨਾਂ ਨੂੰ ਮਿਲੇ ਇਹਨਾਂ ਦੀ ਹਮਦਰਦੀ ਨੂੰ ਸਮਝੇ ਕਿਉਂਕਿ ਪੈਸਾ ਕੋਈ अहमियत ਨਹੀਂ ਰੱਖਦਾ ਪਿਆਰ ਦੇ ਮੂਰੇ ਤੇ ਹਮੇਸ਼ਾ ਅਸੀਂ ਵੀ ਦੁਆ ਕਰਦੇ ਹਾਂ ਉਸ ਖੁਦਾ ਕੋਲ ਕਿ ਇਹਨਾਂ ਦਾ ਜੋ ਪਿਆਰ ਆ ਇਹਨਾਂ ਨੂੰ ਜਲਦ ਮਿਲੇ ਇਸੇ ਤਰ੍ਹਾਂ ਦੀ ਅਪਡੇਟ ਦੇ ਨਾਲ ਜੁੜੇ ਰਹੋ ਕੈਮਰਾ ਪਰਸਨ ਦੇ ਨਾਲ ਮੈਂ ਸੰਦੀਪ ਚੜਾ ਸ਼ੁਕਰੀਆ ਧੰਨਵਾਦ